ਗੁਰਦੁਆਰਾ ਗਿਆਨ ਗੋਦ ਜੜੀ ਸਾਹਿਬ ਜੀ ਦੀ ਮੁੜ ਸਥਾਪਨਾ ਦੇ ਲਈ ਅਗਲੀ ਰਣਨੀਤੀ ਦਾ ਖਾਕਾ ਤਿਆਰ ਕਰਨ ਦੇ ਲਈ ਸੰਤ ਸਮਾਜ ਵੱਲੋਂ ਇੱਕ ਬੈਠਕ ਕੀਤੀ ਗਈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਯੋਜਿਤ ਕੀਤੀ ਗਈ ਇਸ ਬੈਠਕ ਵਿੱਚ ਗਿਆਨੀ ਇਕਬਾਲ ਸਿੰਘ ਜੀ, ਜਥੇਦਾਰ ਤਖਤ ਸ੍ਰੀ ਪਟਨਾ ਸਾਹਿਬ, ਦਮਦਮੀ ਟਕਸਾਲ ਮੁਖੀ ਬਾਬਾ ਹਰਨਾਮ ਸਿੰਘ ਜੀ ਖਾਲਸਾ, ਭਾਈ ਜਸਬੀਰ ਸਿੰਘ ਰੋਡੇ, ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਉੱਘੇ ਪ੍ਰਚਾਰਕ ਗਿਆਨੀ ਸਾਹਿਬ ਸਿੰਘ ਜੀ ਮਾਰਕੰਡਾ ਸਣੇ ਵੱਖ ਵੱਖ ਸੰਪਰਦਾਵਾਂ ਦੇ ਮੁਖੀਆਂ ਨੇ ਆਪਣੇ ਵਿਚਾਰ ਰੱਖਦੇ ਆ। ਦਿੱਲੀ ਕਮੇਟੀ ਵੱਲੋਂ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਆਰੰਭੀ ਗਈ ਇਸ ਮੁਹਿੰਮ ਦੀ ਸ਼ਲਾਘਾ ਵੀ ਕੀਤੀ। ਜ਼ਿਕਰਯੋਗ ਹੈ ਕਿ ਸੰਤ ਸਮਾਜ ਦੇ ਨਾਲ ਹੀ ਬੈਠਕ ਵਿੱਚ ਗੁਰਦੁਆਰਾ ਸਾਹਿਬ ਜੀ ਦੀ ਸਥਾਪਨਾ ਦੇ ਲਈ ਬੀਤੇ ਲਗਭਗ 30 ਸਾਲਾਂ ਤੋਂ ਲੜਾਈ ਲੜ ਰਹੀ ਹਰਿਦੁਆਰ ਦੀ ਸੰਗਤ ਵੱਲੋਂ ਵੀ ਚਰਨਜੀਤ ਸਿੰਘ ਦੁਆ ਵੀ ਆਪਣੇ ਸਾਥੀਆਂ ਸਮੇਤ ਸ਼ਾਮਿਲ ਹੋਏ ਸੀ। ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ 24 ਮਈ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇਸ ਮੁਹਿੰਮ ਦੇ ਸੰਬੰਧ ਵਿੱਚ ਸੱਦੀ ਗਈ ਸਮੂਹ ਪ੍ਰਬੰਧਕ ਜਥੇਬੰਦੀਆਂ ਦੀ ਬੈਠਕ ਤੋਂ ਪਹਿਲਾਂ ਹੋਈ ਇਸ ਵਿਚਾਰ ਚਰਚਾ ਨੂੰ ਕਾਫ਼ੀ ਅਹਿਮ ਮੰਨਿਆ ਜਾ ਰਿਹਾ। ਇਸ ਦੌਰਾਨ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ ਅਤੇ ਚੰਦਰ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਦੁਆ ਨੂੰ ਸਨਮਾਨਿਤ ਵੀ ਕੀਤਾ ਗਿਆ। ਬੈਠਕ ਵਿੱਚ ਸ਼ਾਮਿਲ ਹੋਏ ਸਮੂਹ ਵਿਦਵਾਨਾਂ ਨੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਨੂੰ ਲੋੜੀਂਦਾ ਦੱਸਦਿਆਂ ਦਿੱਲੀ ਕਮੇਟੀ ਨੂੰ ਇਸ ਮਸਲੇ 'ਤੇ ਪੂਰਾ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ। ਅੱਜ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਵੱਲੋਂ ਭਾਈ ਜੁੱਗਾ ਸਿੰਘ ਜੀ ਨੇ ਆਖਿਆ ਪੂਰੀ ਟੀਮ ਨੂੰ, ਔਰ ਅੱਜ ਇਹਨਾਂ ਨੇ ਇਹ ਗੱਲ ਮੰਨੀ ਹੈ ਕਿ ਵੀ ਆਪਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਰਹਿਨੁਮਾਈ ਦੀ ਜਿਹੜੀ ਅਸੀਂ ਲੜਾਈ ਛੇੜੀ ਹੈ ਉਹਦੇ ਵਿੱਚ ਸਾਡੇ ਨਾਲ ਚੱਲਣਗੇ, ਔਰ ਕੋਈ ਵੀ ਵੀਰ ਕਾਨੂੰਨ ਹੱਥ ਨਹੀਂ ਲਏਗਾ, ਅਸੀਂ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਆਪਣੀ ਲੜਾਈ ਲੜਾਂਗੇ। ਔਰ ਜਿਵੇਂ ਕਿ ਇੱਕ ਫੈਸਲਾ ਲਿਆ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਨੇ ਕਿ ਆਪਣੀਆਂ ਜਿਹੜੀਆਂ ਮੰਗਾਂ ਨੇ ਉਹ ਅਸੀਂ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਲੜੀਆਂ ਨੇ, ਔਰ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ 'ਚ ਜਿਵੇਂ ਜਿਵੇਂ ਤਾਕਤ ਵੱਧਦੀ ਜਾ ਰਹੀ ਹੈ, ਸਾਡੇ ਨਾਲ ਦੂਜੇ ਧਰਮਾਂ ਦੇ ਵੀ ਵੀਰ ਜੁੜ ਰਹੇ ਆ, ਇਹਦੇ ਵਿੱਚ ਜੈਨੀ ਵੀਰ, ਬੋਧੀ ਵੀਰ, ਮੁਸਲਮਾਨ ਵੀਰ ਔਰ ਸ਼ੰਕਰਾਚਾਰਿਆ ਜੀ ਸਾਰੇ ਆਸਤਾ ਆਸਤਾ ਸਾਡੇ ਨਾਲ ਜੁੜਦੇ ਜਾ ਰਹੇ ਨੇ। ਇਹ ਇੱਕ ਵੱਡਾ ਕਾਫਲਾ ਬੰਦਾ ਜਾ ਰਿਹਾ, ਔਰ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ 'ਚ ਬਹੁਤ ਜਲਦੀ ਉਸੇ ਸਥਾਨ 'ਤੇ ਗੁਰਦੁਆਰਾ ਸਾਹਿਬ ਸਥਾਪਿਤ ਵੀ ਹੋਏਗਾ, ਔਰ ਸਿੱਖਾਂ ਨੂੰ ਇਹਦੀ ਸੇਵਾ ਸੰਭਾਲ ਮਿਲੇਗੀ। ਜੋ ਗੁਰਦੁਆਰਾ ਗਿਆਨ ਗੋਦਰੀ ਮੁਹਿੰਮ ਕਿਸ ਤਰੀਕੇ ਦੇ ਨਾਲ ਦਿੱਲੀ ਕਮੇਟੀ ਨੇ, ਸ਼੍ਰੋਮਣੀ ਕਮੇਟੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਚਰਚਾ ਹੈ ਆਰੰਭ ਕੀਤਾ ਹੈ, ਉਸ ਦੀ ਜੋ ਸੰਗਤਾਂ ਵਿੱਚ ਅਵੇਅਰਨੈਸ ਹੋਈ ਹੈ, ਜਿਸ ਨਾਲ ਜਾਗਰਤੀ ਆਈ ਹੈ, ਉਸ ਲਈ ਧੰਨਵਾਦ ਕੀਤਾ। ਔਰ ਇਹ ਆਪਣੇ ਮਨ ਦੀ ਇੱਛਾ ਪ੍ਰਗਟ ਕੀਤੀ ਕਿ ਮੂਲ ਸਥਾਨ ਦਾ ਸਮਝੌਤਾ ਜਿਹੜਾ ਹੈ ਉਹ ਕਿਸੇ ਕਾਰਨ ਨਾਲ ਕੀਤਾ ਜਾਵੇ, ਗੁਰਦੁਆਰਾ ਸਾਹਿਬ ਜਾਂ ਯਾਦਗਾਰ ਜੋ ਵੀ ਕੁਛ ਹੈ ਉਹ ਉੱਥੇ ਹੀ ਸਥਾਪਿਤ ਹੋਵੇ ਜਿੱਥੇ ਗੁਰਦੁਆਰਾ ਗਿਆਨ ਗੋਦਰੀ ਹਰ ਕੀ ਪੌੜੀ ਹਰਿਦੁਆਰ ਵਿੱਚ ਸੀ। ਔਰ ਮੈਨੂੰ ਬਹੁਤ ਖੁਸ਼ੀ ਹੈ ਕਿ ਸਾਹਿਬ ਮਨਜੀਤ ਸਿੰਘ ਜੀ ਕਿ ਉਹਨਾਂ ਨੇ ਵੀ ਇਸੇ ਹੀ ਮੁੱਦੇ 'ਤੇ ਗੱਲ ਕਰਕੇ ਕਿਹਾ ਕਿ ਅਸੀਂ ਕਿਸੇ ਪ੍ਰਕਾਰ ਦਾ ਵੀ ਕੋਈ ਸਮਝੌਤਾ ਨਹੀਂ ਐਸਾ ਕਰਾਂਗੇ।